ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਦੋ ਦਿਨ ਤੋਂ ਇੱਕ ਖਬਰ ਚਰਚਾ ਵਿੱਚ ਆਇਆ ਕਿ ਪਾਕਿਸਤਾਨ ਦੇ ਅੰਦਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਬਿਲਕੁਲ ਨੇੜੇ, ਅਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਅਧੀਨ ਆਉਂਦੇ ਹੀ ਜਿਹੜੇ ਆ ਪ੍ਰਿੰਸਿਸ ਦੇ ਵਿੱਚ ਇੱਕ ਪਾਰਟੀ ਕੀਤੀ ਗਈ ਹੈ, ਜਿਸ ਪਾਰਟੀ ਦੇ ਵਿੱਚ ਸ਼ਰਾਬ ਦਾ ਅਤੇ ਹੋਰ ਜਿਹੜਾ ਮਾਸ ਮੀਡੀਆ ਜਿਹੜਾ ਉੱਥੇ ਪਰੋਸਿਆ ਜਾ ਰਿਹਾ ਅਤੇ ਉੱਥੇ ਨਾਚ ਗਾਣਾ ਹੋ ਰਿਹਾ। ਇਸ ਦੇ ਵਿੱਚ ਸਾਡੇ ਬੜੇ ਸਤਿਕਾਰਯੋਗ ਗ੍ਰੰਥੀ ਸਿੰਘ ਉਹ ਵੀ ਹਾਜ਼ਰ ਨੇ, ਅਤੇ ਜਿਹੜੇ ਇਹ ਗੁਰਦੁਆਰਿਆਂ ਦੇ ਪ੍ਰਬੰਧਾਂ ਦੇ ਵਿੱਚ ਪਾਕਿਸਤਾਨ ਵੱਲੋਂ ਪਿਛਲੇ ਸਮੇਂ ਨੁਮਾਇੰਦਗੀ ਕਰਨ ਵਾਲੇ ਲੋਕ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਅਤੇ ਸਿੱਖਾਂ ਦੇ ਅੰਦਰ ਕਾਫੀ ਵੱਡੇ ਪੱਧਰ 'ਤੇ ਇਸ ਗੱਲ ਦੇ ਪ੍ਰਤੀ ਜਿਹੜਾ ਰੋਸ ਆ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਪ੍ਰਬੰਧਾਂ ਦੇ ਅਧੀਨ ਆਇਆ ਜਿਹੜਾ ਪ੍ਰਿੰਸਿਸ ਆ ਉਹਦੇ ਵਿੱਚ ਇਹ ਸਾਰਾ ਕੁਝ ਕੀਤਾ ਗਿਆ, ਜਿਹੜਾ ਕਿ ਬਹੁਤ ਮਾੜੀ ਗੱਲ ਹੈ। ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਅਤੇ ਇੱਕ ਮਰਿਆਦਾ ਜਿਹੜੀ ਹੈ, ਉਹ ਭਾਵੇਂ ਕੋਈ ਵੀ ਧਾਰਮਿਕ ਸਥਾਨ ਹੈ ਉੱਥੋਂ ਦੀ ਇੱਕ ਮਰਿਆਦਾ ਹੁੰਦੀ ਹੈ। ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਗੱਲ ਦੇਖਣ ਵਿੱਚ ਆਉਣੀ ਸਾਡੇ ਲਈ ਬੜੀ ਮਾੜੀ ਹੈ ਅਤੇ ਬੜੀ ਸ਼ਰਮਨਾਕ ਹੈ। ਮੈਂ ਇਹ ਸਮਝਦਾ ਕਿ ਪਾਕਿਸਤਾਨ ਦੀ ਸਰਕਾਰ ਅਤੇ ਪਾਕਿਸਤਾਨ ਦੇ ਪ੍ਰਬੰਧਕ ਅਧਿਕਾਰੀ ਜਿਹੜੇ ਆ ਉਹ ਬੜੀ ਬਖੂਬੀ ਗੁਰਦੁਆਰਿਆਂ ਦੀ ਮਰਿਆਦਾ ਨੂੰ ਸਮਝਦੇ ਆ। ਇਹ ਜੋ ਕੁਛ ਵਾਪਰਿਆ ਇਹ ਬਹੁਤ ਮਾੜਾ, ਸਮੁੱਚਾ ਸਿੱਖ ਆਵਾਮ ਇਸ ਗੱਲ ਦੇ ਲਈ ਬਹੁਤ ਜ਼ਿਆਦਾ ਚਿੰਤਤ ਵੀ ਆ ਅਤੇ ਇਸ ਗੱਲ ਦਾ ਡਟਵਾਂ ਵਿਰੋਧ ਵੀ ਕਰਦਾ। ਮੈਂ ਆਪਣੇ ਵੱਲੋਂ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਮੈਂਬਰ ਹੋਣ ਦੇ ਨਾਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਜੀ ਨੂੰ ਇਹ ਬੇਨਤੀ ਕਰਦੇ ਹਾਂ ਕਿ ਉਹ ਇਸ ਸੰਬੰਧੀ, ਕਿਉਂਕਿ ਸਿੱਖਾਂ ਦੀ ਭਾਵਨਾ ਨਾਲ ਜੁੜਿਆ ਮੁੱਦਾ, ਇਸ ਸੰਬੰਧੀ ਜਿਹੜੀ ਹੈ ਉਹ ਆਪਣਾ ਪੱਖ ਵੀ ਸਪੱਸ਼ਟ ਕਰਨ, ਅਤੇ ਜਿਹੜੇ ਲੋਕ ਇਸ ਗੱਲ ਲਈ ਦੋਸ਼ੀ ਆ ਉਹਨਾਂ ਦੇ ਖਿਲਾਫ਼ ਆਪਣੀ ਜਿਹੜੀ ਹੈ ਮਨ ਦੀ ਗੱਲ ਹੈ ਉਹ ਜ਼ਰੂਰ ਕਰਨ। ਸੋ ਤਾਂ ਕਿ ਜਿਹੜੀ ਕੋਈ ਇਸ ਤੋਂ ਬਾਅਦ ਕੋਈ ਇਸ ਤਰ੍ਹਾਂ ਦੀ ਸ਼ਰਾਰਤ ਜਿਹੜੀ ਹੈ ਉਹ ਨਾ ਹੋ ਸਕੇ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ, ਅਜੰਤਰ ਕਮੇਟੀ ਦੀ ਮੀਟਿੰਗ ਹੈ, ਇਸ ਗੱਲ ਦੇ ਬਾਰੇ ਵੀ ਜ਼ਰੂਰ ਉਹ ਆਪਣਾ ਜਿਹੜਾ ਮਤ ਹੈ ਉਹ ਸੰਗਤ ਦੇ ਸਾਹਮਣੇ ਰੱਖਣਗੇ। ਸੋ ਇਹ ਜਿਹੜਾ ਜੋ ਵੀ ਇਹ ਕਾਰਾ ਹੋਇਆ ਬੜਾ ਸ਼ਰਮਨਾਕ ਹੈ, ਅਤੇ ਇਸ ਗੱਲ ਦੀ ਡਟਵੇਂ ਸ਼ਬਦਾਂ 'ਚ ਅਸੀਂ ਨਿੰਦਾ ਵੀ ਕਰਦੇ ਹਾਂ, ਨਿਖੇਧੀ ਵੀ ਕਰਦੇ ਹਾਂ, ਅਤੇ ਆਸ ਕਰਦੇ ਹਾਂ ਕਿ ਇਸ ਦੇ ਖਿਲਾਫ਼ ਕਾਰਵਾਈ ਡਟਵੀਂ ਹੋਣੀ ਚਾਹੀਦੀ ਹੈ।